अपनी मांगों के समर्थन में ठेका मुलाजिम संघर्ष मोर्चा पंजाब के आह्वान पर आज कर्मचारियों ने दाना मंडी में रैली करने के बाद जलंधर बाईपास जीडी रोड NH1 के दोनों ओर धरना देकर ट्रैफिक जाम कर दिया, जिसमें जलंधर से लुधियाना व दिल्ली व लुधियाना से जलंधर व अमृतसर को जाने वाले वाहन घंटों जाम में फंस रहे। धरनाकारियों की संख्या कहीं अधिक होने के कारण पुलिस मुख दर्शन बने रहने से अधिक कुछ नहीं कर सकी, जबकि अपनी मंजिल की ओर निकले हुए वाहन चालक जाम से ना निकलने पाने के कारण परेशान होते दिखे। जाम के कारण जीटी रोड के आसपास की सर्विस लेन व कॉलोनियों की गलियों में भी वाहन घुस गए तथा वहां भी लंबे जाम लगने से अफरा तफरी का माहौल बना रहा। ਵੱਖ ਵੱਖ ਜਥੇਬੰਦੀਆਂ ਤੋਂ ਪੰਜਾਬ ਦੇ ਵਿੱਚ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਚੱਲ ਰਿਹਾ 25 ਜਥੇਬੰਦੀਆਂ ਦਾ 11 ਵਿਭਾਗਾਂ ਦਾ ਇਹ ਮੋਰਚਾ ਬਣਿਆ ਹੋਇਆ ਹੈ। ਮਤਲਬ ਕਿ ਮੰਗ ਕਰ ਰਿਹਾ ਆਪਣੇ ਆਪਣੇ ਪਿੱਤਰੀ ਵਿਭਾਗਾਂ ਦੇ ਵਿੱਚ ਰੈਗੂਲਰ ਕੀਤਾ ਜਾਵੇ। ਜਿਹੜੇ ਵੱਖ ਵੱਖ ਵਿਭਾਗਾਂ ਦੇ ਵਿੱਚ ਠੇਕੇ 'ਤੇ ਰੱਖੇ ਹੋਏ ਕਰਮਚਾਰੀ ਹੈ ਇਹ 15-15, 16-16 ਸਾਲਾਂ ਤੋਂ ਮਤਲਬ ਵੱਖ ਵੱਖ ਵਿਭਾਗਾਂ 'ਚ ਰੱਖੇ ਹੋਏ ਹੈ। ਮਤਲਬ ਆਪਣੀ ਮੰਗ ਨੂੰ ਲੈ ਕੇ ਆਏ ਹੋਏ ਹੈ ਅਤੇ ਪਿਛਲੇ ਦਿਨਾਂ 24 ਜੂਨ ਤੋਂ ਲੈ ਕੇ ਮਤਲਬ ਇਹ ਠੇਕਾ ਮੁਲਾਜ਼ਮ ਮੋਰਚਾ ਲੜਦਾ ਆ ਰਿਹਾ। ਸਰਕਾਰ ਨੇ ਹਜੇ ਤੱਕ ਕੋਈ ਵੀ ਮੰਗ ਨਹੀਂ ਮੰਨੀ। ਜਿਵੇਂ ਗੱਲ ਕਰ ਲਈਏ ਕਿ ਸਕੂਲਾਂ ਦੇ ਅਧਿਆਪਕ ਹੈ, ਥਰਮਲ ਦੇ ਕੱਚੇ ਕਾਮੇ ਹੈ, ਹੈਲਥ ਦੇ ਵਿੱਚ ANM ਸਟਾਫ ਨਰਸ ਭੈਣਾਂ, ਮਤਲਬ ਮਨਰੇਗਾ ਕਰਮਚਾਰੀ ਯੂਨੀਅਨ ਹੈ, ਇਸ ਵਿੱਚ ਹੋਰ ਮਤਲਬ ਕਿ ਵੱਖ ਵੱਖ ਵਿਭਾਗਾਂ ਦੀਆਂ ਜਥੇਬੰਦੀਆਂ ਹੈਗੀਆਂ। ਅੱਜ ਦਾ ਹਜੇ ਤੱਕ ਸਾਡਾ ਪ੍ਰਦਰਸ਼ਨ ਇਹ ਚੱਲ ਰਿਹਾ ਹੈ। ਜੋ ਵੀ ਅਗਲੀ ਕਾਰਵਾਈ ਹੋਊਗੀ ਸਟੇਟ ਬੋਡੀ ਬੈਠੀ ਪੰਜਾਬ ਦੀਆਂ 25 ਜਥੇਬੰਦੀਆਂ ਵੱਲੋਂ ਜਲੰਧਰ ਬਾਈਪਾਸ ਲੁਧਿਆਣਾ ਵਿਖੇ ਇੱਕ ਵੱਡੇ ਪੱਧਰ 'ਤੇ ਜਾਮ ਲਗਾਇਆ ਗਿਆ। ਸਰਕਾਰ ਨੂੰ ਸੰਕੇਤ ਦਿੱਤਾ ਗਿਆ ਕਿ ਜੋ ਸਰਕਾਰ ਲੰਮੇ ਸਮੇਂ ਤੋਂ ਕੱਚੇ ਕਾਮੇ ਕੰਮ ਕਰ ਰਹੇ ਵੱਖ ਵੱਖ ਵਿਭਾਗਾਂ ਵਿੱਚ ਉਹਨਾਂ ਨੂੰ ਪੱਕੇ ਕਰਨ ਦਾ ਨਿਤ ਨਵਾਂ ਡਰਾਮਾ ਰਚ ਰਹੀ ਹੈ, ਨਵਾਂ ਪ੍ਰਚਾਰ ਕਰ ਰਹੀ ਆ, ਲੇਕਿਨ ਉਹਨਾਂ ਨੂੰ ਪੱਕੇ ਕਰਨ ਦੇ ਵਾਸਤੇ ਸਰਕਾਰ ਨੇ ਕੋਈ ਵੀ ਕਦਮ ਨਹੀਂ ਚੁੱਕਿਆ। ਖਬਰਾਂ TV 'ਚ ਅਖਬਾਰਾਂ ਰਾਹੀਂ ਖਬਰਾਂ ਆ ਰਹੀਆਂ, ਲੇਕਿਨ ਕਿਸੇ ਮੁਲਾਜ਼ਮ ਮਜ਼ਦੂਰ ਉਹਨਾਂ ਦੇ ਵਿਭਾਗਾਂ 'ਚ ਪੱਕੇ ਨਹੀਂ ਕਰ ਰਹੀ। ਇਸ ਕਰਕੇ ਸਾਡਾ ਇਹ ਧਰਨਾ ਜਿਹੜਾ ਅੱਜ ਅਸੀਂ ਸਰਕਾਰ ਨੂੰ ਰੋਸ ਵਜੋਂ ਉਠਾਇਆ ਹੈ ਕਿ ਜੇ ਸਰਕਾਰ ਨੇ ਸਾਨੂੰ ਆਉਣ ਵਾਲੇ ਸਮੇਂ ਵਿੱਚ ਵੱਖ ਵੱਖ ਵਿਭਾਗਾਂ ਵਿੱਚ ਸਰਕਾਰ ਇਹ ਨਵੀਂ ਪਾਲਿਸੀ ਲੈ ਕੇ ਆਈ ਕਿ ਤੁਹਾਨੂੰ ਸੁਸਾਇਟੀਆਂ 'ਚ ਪੱਕੇ ਕਰ ਰਹੇ ਹਾਂ, ਵਿਭਾਗਾਂ 'ਚ ਨਹੀਂ। ਵਿਭਾਗਾਂ ਨੂੰ ਖਤਮ ਕਰਨ ਲਈ ਜੋ ਸਰਕਾਰ ਨੇ ਨਵੀਂ ਪਾਲਿਸੀ ਬਣਾਈ ਹੋਈ ਆ ਉਸ ਨੂੰ ਖਤਮ ਕਰਨ ਲਈ ਅਤੇ ਵਿਭਾਗਾਂ 'ਚ ਪੱਕੇ ਕਰਾਉਣ ਵਾਸਤੇ ਆਪਣੇ ਸਾਥੀਆਂ ਨੂੰ ਅਸੀਂ ਇਹ ਵੱਡੇ ਪੱਧਰ 'ਤੇ ਧਰਨਾ ਲਗਾਇਆ।